ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲੋਂ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ, ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 4 ਮਾਈਕਰੋਸੋਫਟ ਐਕਸਲ ਭਾਗ 2 ਵਿੱਚ ਇਸ ਪਾਠ ਦੇ ਖਾਲੀ ਥਾਵਾਂ ਭਰੋ ਅਤੇ ਸਹੀ ਗਲਤ ਪੜ੍ਹਾਂਗੇ। ਅਤੇ ਇਹ ਵੀਡੀਓ ਜਿਹੜੀ ਹੈ ਇਹ ਨਵੇਂ ਸਿਲੇਬਸ ਦੇ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਵਾਂ ਭਰੋ। ਪਹਿਲਾਂ ਹੈ, ਹਰ ਇੱਕ ਨਵੀਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ਡੈਸ਼ ਵਰਕਸ਼ੀਟਾਂ ਸ਼ਾਮਲ ਹੁੰਦੀਆਂ ਹਨ। ਮੀਨਸ ਕਿ ਜਦੋਂ ਅਸੀਂ MS Excel ਓਪਨ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਐਕਸਲ ਵਿੱਚ ਨੀਚੇ ਲਿਖਿਆ ਹੁੰਦਾ ਸ਼ੀਟ 1, ਸ਼ੀਟ 2, ਸ਼ੀਟ 3। ਅਤੇ ਉਹ ਕਿੰਨੀਆਂ ਸ਼ੀਟਸ ਹੁੰਦੀਆਂ ਨੇ? 5, 2, 255 ਜਾਂ 3। ਤਾਂ ਇਸਦਾ ਸਹੀ ਆਂਸਰ ਹੈ 3। ਕਿ ਜਦੋਂ ਅਸੀਂ MS Excel ਓਪਨ ਕਰਦੇ ਹਾਂ ਤਾਂ ਪਹਿਲਾਂ ਤੋਂ ਬਣੀਆਂ 3 ਵਰਕਸ਼ੀਟਾਂ ਸ਼ਾਮਲ ਹੁੰਦੀਆਂ ਹਨ ਜਿਹਨਾਂ ਉੱਤੇ ਸ਼ੀਟ 1, ਸ਼ੀਟ 2, ਸ਼ੀਟ 3 ਲਿਖਿਆ ਹੁੰਦਾ ਹੈ। ਅਸੀਂ ਉਹਨਾਂ ਨੂੰ ਆਪਣੇ ਅਕੋਰਡਿੰਗਲੀ ਰੀਨੇਮ ਵੀ ਕਰ ਸਕਦੇ ਹਾਂ। ਨੰਬਰ 2, ਵਰਕਸ਼ੀਟ ਵਿੱਚ ਕਿਹੜੇ ਕਿਹੜੇ ਓਬਜੈਕਟ ਸ਼ਾਮਲ ਕੀਤੇ ਜਾ ਸਕਦੇ ਹਨ? ਮੀਨਸ ਕਿ ਜਦੋਂ ਅਸੀਂ MS Excel 'ਚ ਕੰਮ ਕਰਦੇ ਹਾਂ, ਇੱਕ ਵਰਕਸ਼ੀਟ ਸਾਡੇ ਸਾਹਮਣੇ ਖੁੱਲ੍ਹਦੀ ਹੈ, ਔਰ ਜੇ ਆਪਾਂ ਕਿਹੜੇ ਕਿਹੜੇ ਓਬਜੈਕਟ ਜੋੜ ਸਕਦੇ ਹਾਂ? ਤਾਂ ਇਸਦਾ ਆਂਸਰ ਹੈ ਸੈੱਲ, ਚਾਰਟਸ, ਰੋਜ਼ ਜਾਂ ਉਪਰੋਕਤ ਸਾਰੇ। ਤਾਂ ਇਸਦਾ ਸਹੀ ਆਂਸਰ ਹੈ ਉਪਰੋਕਤ ਸਾਰੇ। ਇਹ ਵਰਕਸ਼ੀਟ ਦੇ ਅੰਦਰ ਅਸੀਂ ਨਵਾਂ ਸੈੱਲ ਵੀ ਜੋੜ ਸਕਦੇ ਹਾਂ, ਔਰ 'ਚ ਚਾਰਟਸ ਵੀ ਲਗਾ ਸਕਦੇ ਹਾਂ, ਨਵੀਆਂ ਰੋਜ਼ ਵੀ ਐਡ ਕਰ ਸਕਦੇ ਹਾਂ, ਕੋਲਮਸ ਵੀ ਐਡ ਕਰ ਸਕਦੇ ਹਾਂ। ਇਸ ਕਰਕੇ ਇਹਦਾ ਸਹੀ ਆਂਸਰ ਕੀ ਹੋਇਆ? ਉਪਰੋਕਤ ਸਾਰੇ। ਨੰਬਰ 3, ਇਹਨਾਂ ਵਿੱਚੋਂ ਕਿਹੜੀਆਂ MS Excel ਚਾਰਟਸ ਦੀਆਂ ਸਹੀ ਟਾਈਪ ਹਨ? ਇਸ ਦੇ ਆਪਸ਼ਨ ਨੇ ਬਾਰ, ਕੋਲਮ, ਪਾਈ ਤੇ ਲਾਈਨ। ਐਡਾ ਆਪਸ਼ਨ ਹੈ ਏਰੀਆ, ਡੋਨਟ, ਸਕੈਟਰ। ਈਡੀ ਆਪਸ਼ਨ ਹੈ ਸਰਫੇਸ, ਰਡਾਰ ਜਾਂ ਬਾਰ। ਤੇ ਸ ਆਪਸ਼ਨ ਹੈ ਉਪਰੋਕਤ ਸਾਰੇ। ਤੇ ਇਸਦਾ ਸਹੀ ਆਂਸਰ ਹੈ ਉਪਰੋਕਤ ਸਾਰੇ। ਕਿ MS Excel ਦੇ ਅੰਦਰ ਅਸੀਂ ਬਾਰ, ਕਾਲਮ, ਪਾਈ, ਲਾਈਨ, ਏਰੀਆ, ਡੋਨਟ, ਸਕੈਟਰ, ਸਰਫੇਸ, ਰਡਾਰ, ਇਹ ਸਾਰੇ ਤਰ੍ਹਾਂ ਦੇ ਜਿਹੜੇ ਚਾਰਟ ਹੈ ਉਹ ਦੇਖ ਸਕਦੇ ਹਾਂ। ਤੇ ਚਾਰਟ ਨੂੰ ਗ੍ਰਾਫ ਵੀ ਕਿਹਾ ਜਾਂਦਾ ਹੈ। ਤੇ ਨੰਬਰ 4 ਹੈ, ਕਿਸੇ ਦਿੱਤੀ ਗਈ ਰੇਂਜ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ? ਇਸ ਦੇ ਆਪਸ਼ਨ ਨੇ ਐਵਰੇਜ, ਮਿਨ, ਮੈਕਸ ਜਾਂ ਰੈਂਕ। ਤੇ ਇਸਦਾ ਸਹੀ ਆਂਸਰ ਹੈ ਮਿਨ। ਕਿ MS Excel 'ਚ ਜੇਕਰ ਤੁਸੀਂ ਕੋਈ ਸ਼ੀਟ ਬਣਾਈ ਹੈ, ਉਸ ਸ਼ੀਟ 'ਚ ਕਾਫੀ ਜ਼ਿਆਦਾ ਡਾਟਾ ਭਰਿਆ ਹੋਇਆ, ਅਸੀਂ ਸਭ ਤੋਂ ਛੋਟਾ ਨੰਬਰ ਪਤਾ ਕਰਨਾ ਹੈ, ਸਭ ਤੋਂ ਛੋਟਾ ਅੰਕ ਪਤਾ ਕਰਨਾ ਹੈ, ਉਹਦੇ ਲਈ ਜਿਹੜਾ ਫੰਕਸ਼ਨ ਵਰਤਿਆ ਜਾਏਗਾ ਉਸਨੂੰ ਬੋਲਦੇ ਹਾਂ ਮਿਨ। ਮਿਨ ਮਤਲਬ ਮਿਨੀਮਮ ਨੰਬਰ। ਨੰਬਰ 5, ਡੈਸ਼ MS Excel ਵਿੱਚ ਲਿਖੇ ਡਾਟਾ ਦੀ ਗ੍ਰਾਫਿਕਲ ਪੇਸ਼ਕਾਰੀ ਲਈ ਵਰਤਿਆ ਜਾਂਦਾ ਉਪਯੋਗੀ ਟੂਲ ਹੈ? ਇਸ ਦੇ ਆਪਸ਼ਨ ਨੇ ਡਾਟਾ ਵੈਲੀਡੇਸ਼ਨ, ਕੰਡੀਸ਼ਨਲ ਫਾਰਮੈਟਿੰਗ, ਚਾਰਟਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸਦਾ ਸਹੀ ਆਂਸਰ ਹੈ ਚਾਰਟਸ। ਕਿ MS Excel ਦੇ ਅੰਦਰ ਜੇਕਰ ਅਸੀਂ ਡਾਟਾ ਨੂੰ ਗ੍ਰਾਫਿਕਲ ਰੂਪ 'ਚ ਪੇਸ਼ ਕਰਨਾ ਹੈ ਜਾਂ ਗ੍ਰਾਫ ਦੇ ਰੂਪ 'ਚ ਪੇਸ਼ ਕਰਨਾ ਹੈ ਤਾਂ ਉਹਦੇ ਲਈ ਚਾਰਟ ਵਰਤੇ ਜਾਂਦੇ ਨੇ। ਅੱਗੇ ਹੈ, ਸਹੀ ਜਾਂ ਗਲਤ ਦੱਸੋ। ਤੇ ਪਹਿਲਾ ਹੈ, ਕੀਬੋਰਡ ਤੋਂ ਕੰਟਰੋਲ ਅਤੇ ਪਲੱਸ ਕੀ ਦੀ ਵਰਤੋਂ ਕਰਕੇ ਨਵਾਂ ਸੈੱਲ, ਰੋ ਜਾਂ ਕੋਲਮ ਦਾਖਲ ਕੀਤਾ ਜਾ ਸਕਦਾ ਹੈ? ਮੀਨਸ ਕਿ ਜਦੋਂ ਆਪਾਂ ਕੀਬੋਰਡ ਤੋਂ ਕੰਟਰੋਲ ਅਤੇ ਪਲੱਸ ਕੀ ਇਕੱਠੀ ਦਬਾਵਾਂਗੇ ਤਾਂ ਉਹਦੇ ਨਾਲ ਨਵਾਂ ਸੈੱਲ, ਨਵੀਂ ਰੋ ਜਾਂ ਨਵਾਂ ਕੋਲਮ ਜਿਹੜਾ ਅਸੀਂ ਇੰਸਰਟ ਕਰ ਸਕਦੇ ਹਾਂ। ਇਹ ਬਿਲਕੁਲ ਸਹੀ ਹੈ। ਅਦਰਵਾਈਜ਼ ਤੁਹਾਨੂੰ ਕਿਸੇ ਰੋ 'ਤੇ, ਕੋਲਮ 'ਤੇ ਜਾਂ ਸੈੱਲ 'ਤੇ ਜਾ ਕੇ ਰਾਈਟ ਕਲਿੱਕ ਕਰਕੇ ਇੰਸਰਟ ਆਪਸ਼ਨ ਦਬਾਉਂਦੇ ਹੋ ਤਾਂ ਨਵਾਂ ਸੈੱਲ, ਰੋ ਜਾਂ ਕੋਲਮ ਦਾਖਲ ਹੁੰਦਾ ਹੈ। ਜੇਕਰ ਤੁਸੀਂ ਕੀਬੋਰਡ ਦੀ ਮਦਦ ਨਾਲ ਨਵਾਂ ਸੈੱਲ, ਰੋ ਜਾਂ ਕੋਲਮ ਦਾਖਲ ਕਰਨਾ ਹੈ ਤਾਂ ਤੁਸੀਂ ਕੰਟਰੋਲ ਅਤੇ ਪਲੱਸ ਕੀ ਦੀ ਮਦਦ ਨਾਲ ਦਾਖਲ ਕਰ ਸਕਦੇ ਹੋ। ਨੰਬਰ 2, ਸਮ ਅਤੇ ਮਿਨ MS Excel ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਨਾਂ ਹਨ। ਇਹ ਬਿਲਕੁਲ ਗਲਤ ਹੈ। ਸਮ ਅਤੇ ਮਿਨ ਜਿਹੜੇ ਹੈ ਇਹ MS Excel ਵਿੱਚ ਵਰਤੇ ਜਾਣ ਵਾਲੇ ਫੰਕਸ਼ਨ ਹਨ। ਸਮ ਫੰਕਸ਼ਨ ਕੀ ਕਰਦਾ ਹੈ ਕਿ ਜਿਹੜੀ ਤੁਸੀਂ ਦਿੱਤੀ ਹੋਈ ਰੇਂਜ ਹੈ ਉਹਦੇ ਨੰਬਰਾਂ ਦਾ ਜੋੜ ਕਰਦਾ ਹੈ, ਅਤੇ ਮਿਨ ਫੰਕਸ਼ਨ ਜਿਹੜਾ ਹੈ ਇਸ ਸੀਰੀਜ਼ ਵਿੱਚੋਂ ਜਿਹੜੀ ਤੁਸੀਂ ਸੀਰੀਜ਼ ਦਿੱਤੀ ਹੈ ਜਾਂ ਕੋਈ ਨੰਬਰ ਦਿੱਤੇ ਹੈ ਉਹਨਾਂ ਵਿੱਚੋਂ ਸਭ ਤੋਂ ਛੋਟਾ ਨੰਬਰ ਲੱਭਦਾ ਹੈ। ਨੰਬਰ 3, ਸੈੱਲ ਬੋਰਡਰ, ਸੈੱਲ ਦੀ ਚੌੜਾਈ
जां उचाई बदलना, सैलां नूं मर्ज करना, टैक्सट नूं अलाइन करना, टैक्सट दी दिशा बदलना, टैक्सट नूं रैप करना आदि सैल स्टाइल दीआं उदाहरणां हन। ते इह बिल्कुल सही है। इस सैल स्टाइल दे विच आपां सैल ते बॉर्डर लगा सकते हाँ, सैल दी चौड़ाई बदल सकते हाँ, उचाई बदल सकते हाँ, सैलां नूं इकट्ठा कर सकते हाँ, सैलां जिहड़ा टैक्सट लिखिआ है उसनूं लैफ्ट राइट जां सेंटर अलाइन कर सकते हाँ, टैक्सट दी दिशा बदल सकते हाँ, ते टैक्सट नूं जेकर एक सैल च पूरा नहीं आ रहा तो उहनूं नीचे तक रैप भी कर सकते हाँ। ते इह बिल्कुल सही है। नंबर 4, कंडीशनल फॉरमैटिंग। एमएस एक्सेल दा एक टूल जां कमांड है जो मुल दे आधार ते सैलां दी रेंज विच फॉरमैट लागू करन लई वरत्या जांदा है। ते इह वी बिल्कुल सही है कि कंडीशनल फॉरमैटिंग दी मदद नाल जिहड़ा साडा दित्ता होया डाटा है जां जिहड़ी साडी रेंज है उहदे विच आपां अपनी मर्जी नाल फॉरमैटिंग कर सकते हैं। मान लो किसी क्लास का असीं रिजल्ट तैयार किया है कि जिहड़े बच्चों के नंबर 33 तो थले है, असीं चाहुंदे हां कि उहनां दा कलर रैड हो जाए, उहदी बैकग्राउंड कलर रैड हो जाए, तो कंडीशनल फॉरमैटिंग की मदद नाल असीं अजिही फॉरमैटिंग लागू कर सकते हाँ। नंबर 5, फॉरमैटिंग ऑप्शनस डाटा तो जानकारी नूं दर्शाउण लई बहुत प्रभावशाली हैं। तो यह बिल्कुल सही है कि फॉरमैटिंग ऑप्शन च आ जाता है कि जेकर तुसीं किसी का फोंट चेंज करना है, एरियल, एरियल ब्लैक, टाइम्स न्यू रोमन, अनमोल लिपि, जां उहदा कलर चेंज करना है, जां उहदा साइज चेंज करना है, उसनों बोल्ड, इटैलिक, अंडरलाइन करना है, तो यह सारे कि चाहिए ने फॉरमैटिंग। तो यह बिल्कुल सही है। तो अज लिए इन्ना ही, अगली बार फिर किसी नवे टॉपिक नाल मिलांगे। जेकर तुहाडी कोई क्वेरी है तो तुसीं कमेंट सैक्शन च पूछ सकते हो, जां अपने कंप्यूटर अध्यापक की मदद ले सकते हो। धन्यवाद।